ਬਹੁਤ ਹੀ ਗੰਭੀਰ ਮਸਲਾ ਹੈਗਾ ਇਤਿਹਾਸ ਗਵਾਹ ਹੈਗਾ ਇਹਨਾਂ ਦੇ ਵਿੱਚ ਇੱਕ ਮੈਂਬਰ ਹੈ ਜਿਹੜਾ ਪੰਜਾਬ ਸਿੰਧ ਬੈਂਕ ਦੀ ਦਲਾਲੀ ਦਾ ਕੰਮ ਕਰਦਾ ਉਹਦਾ ਨਾਂ ਹੈ ਗੁਰਮੋਹਨ ਸਿੰਘ ਇਹਨਾਂ ਦੇ ਆਪਣੇ ਨਿੱਜੀ ਸਵਾਰਥ ਹੈਗੇ ਅੱਗੇ ਪ੍ਰਧਾਨ ਦੇ ਵਾਲਦਾਇਨ ਨੇ ਬੇਸ਼ਕੀਮਤੀ ਗੁਰਦੁਆਰੇ ਦੀਆਂ ਜਗ੍ਹਾ ਬੈਂਕ ਨੂੰ ਦਿੱਤੀਆਂ ਉਸਦੇ ਫਲਸਰੂਪ ਦੇਵਨਗਰ ਖਾਲਸਾ ਸਕੂਲ ਦੀ ਬੇਸ਼ਕੀਮਤੀ ਜਗ੍ਹਾ ਪਿਛਲੇ 35-40 ਸਾਲ ਤੋਂ ਜਿਹੜੀ ਕਿ ਬੈਂਕ ਨੂੰ ਦਿੱਤੀ ਹੋਈ ਹੈ ਉਹਦਾ 1 ਰੁਪਿਆ ਵੀ ਕਿਰਾਇਆ ਦਿੱਲੀ ਗੁਰਦੁਆਰਾ ਕਮੇਟੀ ਨੂੰ ਨਹੀਂ ਦਿੱਤਾ ਜਾ ਰਿਹਾ ਅੱਜ ਤੱਕ ਮਾਤਾ ਸੁੰਦਰੀ ਕਾਲਜ ਦੀ ਬ੍ਰਾਂਚ ਜਿਹੜੀ ਹੈਗੀ ਉੱਥੇ ਖੋਲ੍ਹੀ ਹੋਈ ਹੈ ਗੁਰਦੁਆਰੇ ਦੇ ਵਿੱਚ 1 ਪੈਸਾ ਕਿਰਾਇਆ ਜਿਹੜਾ ਹੈ ਉਹ ਨਹੀਂ ਦਿੱਤਾ ਜਾ ਰਿਹਾ ਇਹ ਤਾਂ ਜਿਹੜੀ ਨਵੀਂ ਕੁਤਵਾਲੀ ਬਣੀ ਹੈ ਇਹਦੇ ਵਿੱਚ ਵੀ ਬੈਂਕ ਹੋਣਾ ਸੀ ਜੇ ਇਸੇ ਕੰਸਟਰਕਸ਼ਨ ਦਾ ਕੰਮ ਨਾ ਸ਼ੁਰੂ ਹੁੰਦਾ ਤਾਂ ਵੀ ਉਸ ਵਕਤ ਵੀ ਧੱਕਾ ਮੁਸ਼ਤੀ ਕਰਕੇ ਜ਼ਬਰਦਸਤੀ ਸਮਾਨ ਬਾਹਰ ਕੱਢ ਕੇ ਇੱਥੋਂ ਦੀ ਕੰਸਟਰਕਸ਼ਨ ਬਾਬਾ ਹਰਬੰਸ ਸਿੰਘ ਹੋਰਾਂ ਨੇ ਸ਼ੁਰੂ ਕਰਵਾਈ ਤਾਂ ਸੰਗਤਾਂ ਦੀ ਜਾਨ ਛੁੱਟੀ ਅੱਜ ਅਸੀਂ ਬਿਲਕੁਲ ਨਹੀਂ ਇਸ ਗੱਲ ਦੇ ਹਾਮੀ ਹੈਗੇ ਵੀ ਕਿਸੇ ਵੀ ਸਰਕਾਰੀ ਅਦਾਰੇ ਨੂੰ ਇਹ ਸਰਕਾਰੀ ਅਦਾਰਾ ਕਿਸੇ ਵੀ ਸਰਕਾਰੀ ਅਦਾਰੇ ਨੂੰ ਕੋਈ ਜਗ੍ਹਾ ਅਸੀਂ ਜੇ ਗੁਰਦੁਆਰੇ ਦੀ ਪਰਫਰੀ ਦੇ ਵਿੱਚ ਦਿੰਦੇ ਹਾਂ ਫਿਰ ਅਸੀਂ ਇਹਨੂੰ ਖਾਲੀ ਕਰਾਉਣ ਵਾਸਤੇ ਅਗਲੀਆਂ ਪੁਸ਼ਤਾਂ ਜਿਹੜੀਆਂ ਹਨ ਕੁਰਬਾਨੀਆਂ ਕਰਨੀਆਂ ਪੈਣਗੀਆਂ ਪੁਸ਼ਤਾਂ ਨੂੰ ਔਰ ਦੂਸਰੀ ਗੱਲ ਹੈਗੀ ਵੀ ਅਸੀਂ ATM ਦੇ ਵਿੱਚ ਕੋਈ ਅਸੀਂ ਬਾਹਰ ਫੋਲਾ ਫਾਲੀ ਕਰਕੇ ਕਿਸੇ ਬੰਦੇ ਨਹੀਂ ਅੰਦਰ ਨਹੀਂ ਜਾਣ ਦੋ ਰੋਕ ਨਹੀਂ ਸਕਦੇ ਕਿਉਂਕਿ ਉਹਦਾ ਹਕੂਕ ਹੋ ਜਾਏਗਾ ATM ਦੇ ਵਿੱਚ ਅੰਦਰ ਜਾਣ ਦਾ ਕੋਈ ਵੀ ਗੈਰ ਸਿੱਖ ਬੀੜੀ ਸਿਗਰਟ ਜੇ ਵਿੱਚ ਪਾ ਕੇ ATM 'ਚੋਂ ਪੈਸੇ ਕਢਵਾਏਗਾ ਤਾਂ ਕੌਣ ਚੈੱਕ ਕਰੇਗਾ ਇੱਕ ਸੇਵਾਦਾਰ ਰੱਖਣਗੇ ਸਾਨੂੰ 25 ਤੁਸੀਂ ਤਾਂ ਮੁਫਤ ਕਹਿ ਰਹੇ ਹੋ ਅਸੀਂ ਤਾਂ ਕਹਿ ਰਹੇ ਹਾਂ ਜੇ 1 ਲੱਖ ਰੁਪਇਆ ਮਹੀਨਾ ਵੀ ਸਾਨੂੰ ਇਸ ਦੀ ਆਮਦਨ ਆਵੇ ਤਾਂ ਵੀ ਇਹ ਜਿਹੜੀ ਹੈਗੀ ਕੌਮ ਇਸ ਚੀਜ਼ ਨੂੰ ਅਸੈਪਟ ਨਹੀਂ ਕਰੇਗੀ ਔਰ ਅਸੀਂ ਟੁੱਥ ਐਂਡ ਨੇਲ ਇਸ ਗੱਲ ਦੀ ਅਸੀਂ ਮੁਖਾਲਫਤ ਕਰਾਂਗੇ ਵੀ ਕੋਈ ਵੀ ਗੁਰਦੁਆਰਾ ਬੰਗਲਾ ਸਾਹਿਬ ਰਕਾਬਗੰਜ ਸਾਹਿਬ ਜਾਂ ਸੀਸਗੰਜ ਸਾਹਿਬ ਕੋਈ ATM ਅਸੀਂ ਨਹੀਂ ਖੋਲ੍ਹਣ ਦਿਆਂਗੇ ਗੁਰਦੁਆਰਿਆਂ ਦੇ ਪ੍ਰਬੰਧ ਦੇਖਣ ਵਾਸਤੇ ਇਹਨਾਂ ਨੂੰ ਇਹ ਤਾਂ ਬਣ ਗਏ ਪ੍ਰੋਪਰਾਈਟਰ ਗੁਰਦੁਆਰਾ ਕਮੇਟੀ ਦੇ ਇਹ ਕਸਟੂਡੀਅਨ ਹੈਗੇ ਇਹਨਾਂ ਦਾ ਕਾਰਜਕਾਲ ਖਾਲੀ ਰਹਿ ਗਿਆ 2 ਮਹੀਨੇ ਦਾ ਇਹ ਕੋਈ ਐਸਾ ਫੈਸਲਾ ਨਹੀਂ ਕਰ ਸਕਦੇ ਜਿਸ ਨਾਲ ਇਹ ਗੁਰਦੁਆਰਿਆਂ ਦੀਆਂ ਜਗ੍ਹਾ ਜਿਹੜੀਆਂ ਨੇ ਵੇਚ ਦੇਣ ਨਾਲ ਇਹ ਦੂਸਰੇ ਗੱਲਾਂ ਕਰਦੇ ਜਿਸ ਹਸਪਤਾਲ ਨੇ ਦਿੱਲੀ ਦੀ ਸਾਰੀ ਸਿੱਖ ਸੰਗਤ ਨੂੰ ਸੁੱਖ ਦੇਣਾ ਸੀ ਔਰ 30 ਸਾਲਾਂ ਦੇ ਵਿੱਚ ਇਤਨੀ ਭਾਰੀ ਰਕਮ ਗੁਰਦੁਆਰਾ ਕਮੇਟੀ ਨੇ ਆਉਣੀ ਸੀ ਜਿਹੜੀ ਕਿ ਸੰਗਤਾਂ ਦੇ ਭਲੇ ਲਈ ਖਰਚ ਹੋਣੀ ਸੀ ਉਹ ਤਾਂ ਉਹਨਾਂ ਨੇ ਭਾਜੀ ਮਾਰ ਕੇ ਰੱਖ ਦਿੱਤੀ ਔਰ 1,50,000 ਰੁਪਏ ਪਿੱਛੇ ਇਹ ਆਪਣਾ ਮੂੰਹ ਖਰਾਬ ਕਰ ਰਹੇ ਨੇ ਔਰ ਆਪਣੀ ਜਾਇਦਾਦਾਂ ਵੇਚ ਰਹੇ ਨੇ ਇਹ ਕਦੀ ਅਸੀਂ ਇਸ ਚੀਜ਼ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਦਿੱਲੀ ਦੀ ਸਾਰੀ ਸਿੱਖ ਸੰਗਤ ਨੂੰ ਆਹਵਾਨ ਕਰਦੇ ਹਾਂ ਬਈ ਕਦੀ ਵੀ ਇਹ ਗੱਲ ਇਸ ਗੱਲ ਦੀ ਕੋਸ਼ਿਸ਼ ਕਰਨ ਔਰ ਇਹਨਾਂ ਦਾ ਜਿਹੜੀ ਮੁਖਾਲਫਤ ਕੀਤੀ ਜਾਏ ਔਰ ਇਸ ਚੀਜ਼ਾਂ ਦੇ ਵਿੱਚ ਅਸੀਂ ਇਹਨਾਂ ਨੂੰ ਬਿਲਕੁਲ ਕਾਮਯਾਬ ਨਹੀਂ ਹੋਣ ਦਿਆਂਗੇ ਇਹ ਜੋ ਵੀ ਫੈਸਲਾ ਹੈ ਇਹ ਨਵੀਂ ਕਮੇਟੀ ਆਏ ਜਨਰਲ ਹਾਊਸ ਬੈਠੇ ਦਿੱਲੀ ਦੀਆਂ ਸਿੱਖ ਸੰਗਤਾਂ ਬੈਠਣ ਉਹ ਫੈਸਲਾ ਕਰਨ ਇਹਦੇ ਵਿੱਚ ਉਹ ਫੈਸਲਾ ਕਰ ਸਕਦੀਆਂ ਨੇ ਇਸ ਤਰ੍ਹਾਂ ਨਹੀਂ ਹੈ ਵੀ ਇਹ 3-2 ਬੰਦੇ ਉੱਠ ਕੇ ਆਪਣਾ ਇਹਨਾਂ ਨੇ ਲੋਨ ਸੈੱਟ ਕਰਨਾ ਕਮਿਸ਼ਨ ਵਾਲਿਆਂ ਨੇ ਕਮਿਸ਼ਨ ਖਾਣੀ ਹੈ ਅਤੇ ਉਹ ਗੁਰਦੁਆਰੇ ਦੀਆਂ ਬੇਸ਼ਕੀਮਤੀ ਇਤਿਹਾਸਕ ਗੁਰਦੁਆਰੇ ਦੀਆਂ ਜਬੇ ਚ ਖਾਣ ਗੁਰਦੁਆਰੇ ਦੇ ਵਿੱਚ ਸਾਨੂੰ ਕੋਈ ATM ਦੀ ਲੋੜ ਨਹੀਂ ਬਥੇਰੇ ATM ਖੁੱਲ੍ਹੇ ਹਰ ਗੁਰਦੁਆਰੇ ਦੇ ਬਾਹਰ ਖੁੱਲ੍ਹੇ ਨੇ ਹਰ ਗੁਰਦੁਆਰੇ ਦੇ ਨਾਲ ਪੈਰਫਰੀ ਦੇ ਵਿੱਚ ਖੁੱਲ੍ਹੇ ਗੁਰਦੁਆਰੇ ਦੀ ਹਜ਼ੂਰ ਦੇ ਵਿੱਚ ਅਸੀਂ ਬਿਲਕੁਲ ਹੱਕ 'ਚ ਨਹੀਂ ਹੈਗੇ ਵੀ ਕਿਸੇ ਕਿਸਮ ਦਾ ATM ਖੁੱਲ੍ਹਾ ਹੋਵੇ ਇਹਨਾਂ ਨੇ ਆਪਣੇ ਕੋਈ ਲੋਨ ਲੈਣੇ ਨੇ ਆਪਣੀ ਕੰਪਨੀ ਦੇ ਬਲ ਬੂਤੇ ਉੱਪਰ ਲੈਣ ਆਪਣੇ ਕਾਗਜ਼ਾਂ ਦੇ ਬਲ ਬੂਤੇ ਉੱਪਰ ਲੈਣ ਗੁਰਦੁਆਰਿਆਂ ਦੇ ਵਿੱਚ ATM ਵੇਚ ਕੇ ਆਪਣੀਆਂ ਜਿਹੜੀਆਂ ਜ਼ਰੂਰਤਾਂ ਨੂੰ ਪੂਰੀ ਕਰਨ ਦੀ ਇਜਾਜ਼ਤ ਅਸੀਂ ਬਿਲਕੁਲ ਨਹੀਂ ਦੇ ਸਕਦੇ ਇਹ ਇਤਨੀਆਂ ਕਰਪਟ ਸੁਕਤੇ ਹੋ ਚੁੱਕੇ ਨੇ ਇਹ ਆਲਰੇਡੀ ਇਹਨਾਂ ਨੇ ਇਸ਼ਤਿਹਾਰ ਕਢਾਏ ਕਰੋਲਬਾਗ ਗੁਰਦੁਆਰੇ ਦੀ ਜਾਂ ਵੀ ਇਹ ਕਿਰਾਏ 'ਤੇ ਦੇਣ 'ਤੇ ਜਾ ਅਸੀਂ ਬਿਲਕੁਲ ਅਗਾਹ ਕਰਦੇ ਹਾਂ ਵੀ ਕੋਈ ਵੀ ਗੁਰਦੁਆਰੇ ਦੀ ਜਗ੍ਹਾ ਕਿਰਾਏ ਦੇ ਉੱਪਰ ਨਹੀਂ ਦਿੱਤੀ ਜਾ ਸਕਦੀ ਔਰ ਇਹ ਦਿੱਲੀ ਦੀਆਂ ਸਿੱਖ ਸੰਗਤਾਂ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਸਾਡੇ ਵਰਕਰ ਇਹਨਾਂ ਦੇ ਅਪੋਜ਼ ਕਰਨਗੇ ਇਹਨਾਂ ਦੇ ਖਿਲਾਫ਼ ਮੁਜ਼ਾਹਰੇ ਕੀਤੇ ਜਾਣਗੇ ਜੇ ਇਹਨਾਂ ਨੇ ਇਹ ਜਿਹੀਆਂ ਹਰਕਤਾਂ ਕੀਤੀਆਂ ਤਾਂ ਔਰ ਦਿੱਲੀ ਦੀਆਂ ਤਮਾਮ ਸਿੱਖ ਸੰਗਤਾਂ ਨੂੰ ਮੈਂ ਅਗਾਹ ਕਰਦਾ ਬਈ ਇਹਨਾਂ ਲੁਟੇਰਿਆਂ ਤੋਂ ਗੁਰਦੁਆਰਿਆਂ ਨੂੰ ਬਚਾ ਕੇ ਰੱਖੋ ਇਤਿਹਾਸਕ ਗੁਰਦੁਆਰਿਆਂ ਦੀ ਜਾਇਦਾਦ ਨੂੰ ਬਚਾ ਕੇ ਰੱਖੋ ਆਪਣਾ ਜਿਹੜਾ ਸੁਨਹਿਰਾ ਇਤਿਹਾਸ ਹੈ ਅਸੀਂ ਉਸ ਸੁਨਹਿਰੇ ਇਤਿਹਾਸ ਨੂੰ ਬਚਾ ਕੇ ਰੱਖੀਏ ਗੁਰੂ ਦੀ ਪਾਵਨ ਛੋਹ ਧਰਤੀ ਜਿਹੜੀ ਹੈਗੀ ਸਾਡੇ ਕੋਲ ਇੱਥੇ ਮਿਲੀ ਹੋਈ ਹੈ ਦਿੱਲੀਆਂ ਸਿੱਖ ਸੰਗਤਾਂ ਨੂੰ ਉੱਥੇ ਅਸੀਂ ਕਿਸੇ ਵੀ ਸਰਕਾਰੀ ਅਦਾਰੇ ਨੂੰ ਕਬਜ਼ਾ ਲੈ ਉਹ ਨਹੀਂ ਹੋਣ ਦਿਆਂਗੇ ਖਾਲੀ ਇਹਨਾਂ ਦੀਆਂ ਗੱਲਾਂ ਨੂੰ ਉਸ ਖਾਲੀ ਸਾਡੀ ਪਾਰਟੀ 'ਚ ਹੀ ਨਹੀਂ
ਇਹਨਾਂ ਦੀ ਆਪਣੀ ਪਾਰਟੀ 'ਚ ਵੀ ਬੜਾ ਭਾਰੀ ਰੋਸ ਜਿਹੜਾ ਉਹ ਜਾਗ ਪਿਆ। ਕਈ ਮੈਂਬਰ ਇਹਨਾਂ ਦੇ ਸਾਥ ਜਿਹੜੇ ਨੇ ਛੱਡ ਚੁੱਕੇ ਨੇ। ਇਹ ਠੀਕ ਹੈ ਕਿ ਵੀ ਕਈਆਂ ਨੂੰ ਲੋਭ ਲਾਲਚ ਦੇ ਕੇ ਇਹ ਵਾਪਸ ਆਪਣੇ ਦਲ ਦੇ ਵਿੱਚ ਸ਼ਾਮਿਲ ਕਰਾ ਰਹੇ ਨੇ, ਪਰ ਜਿਹੜੇ ਬਿਆਨ ਦੇ ਕੇ ਉਹ ਦਲ ਛੱਡ ਕੇ ਗਏ ਨੇ, ਇਹ ਉਹਨਾਂ ਦਾ ਵਾਪਸ ਆਉਣਾ ਵੀ ਇੱਕ ਬਦਕਿਸਮਤੀ ਹੈ ਔਰ ਇਹਨਾਂ ਦਾ ਲਿਆਉਣਾ ਇਹਨਾਂ ਦੀ ਬਦਕਿਸਮਤੀ ਹੈ। ਉਹਨਾਂ ਦਾ ਵਾਪਸ ਆਉਣਾ ਉਹਨਾਂ ਦੀ ਬਦਕਿਸਮਤੀ ਹੈ, ਇਹਨਾਂ ਵਾਪਸ ਲੈਣਾ ਇਹਨਾਂ ਦੀ ਬਦਕਿਸਮਤੀ ਹੈਗੀ ਵੀ ਇਤਨੀ ਮਾੜੇ ਇਲਜ਼ਾਮ ਸੁਣਨ ਤੋਂ ਬਾਅਦ ਵੀ ਉਹਨਾਂ ਮੈਂਬਰਾਂ ਨੂੰ ਵਾਪਸ ਲਿਆ ਰਹੇ ਨੇ। ਕਿਤਨੇ ਕੁ ਮੈਂਬਰ ਹੋਰ ਲਾਈਨ ਲਾ ਕੇ ਬੈਠੇ ਨੇ, ਆਉਣ ਵਾਲੇ ਦਿਨ ਪਤਾ ਲੱਗੇਗਾ। ਜੋ ਜੀ ਇਹ ਇਸੇ ਗੱਲ ਦਾ ਜਿਹੜਾ ਇਹਨੇ ਭ੍ਰਿਸ਼ਟਾਚਾਰ ਫੈਲਾਇਆ ਹੋਇਆ, ਇਸੇ ਭ੍ਰਿਸ਼ਟਾਚਾਰ ਦੇ ਦੋਸ਼ ਦੇ ਤਹਿਤ ਮੈਂਬਰ ਜਿਹੜਾ ਲਗਾਤਾਰ ਇਹਨਾਂ ਨੂੰ ਸਾਥ ਛੱਡਣ ਦੀਆਂ ਧਮਕੀਆਂ ਜਿਹੜੀਆਂ ਦੇ ਰਹੇ ਨੇ।